ਦੇ ਥਾਣਾ ਜਮਾਲਪੁਰ ਅਧੀਨ ਪੈਂਦੇ 33 ਫੁੱਟਾ ਰੋਡ ਵਿਖੇ ਵੋਡਾਫੋਨ ਦੇ ਵਿੱਚ ਕੰਮ ਕਰਦੀ ਲੜਕੀ ਦੇ ਨਾਲ ਲੜਕੇ ਦੇ ਵੱਲੋਂ ਦੁਕਾਨ ਅੰਦਰ ਵੜ ਕੇ ਜ਼ਬਰਦਸਤੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਦੌਰਾਨ ਲੜਕੀ ਨੇ ਸ਼ੋਰੂਮ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਤੇ ਮੇਰੀ ਜਾਣਕਾਰੀ ਤੋਂ ਪਤਾ ਲੱਗਿਆ ਕਿ ਕੁੜੀ ਨੂੰ ਇਕੱਲੇ ਵੇਖ ਕੇ ਇੱਕ ਨੌਜਵਾਨ ਨੰਬਰ ਰਿਪੋਰਟ ਕਰਾਉਣ ਦੇ ਬਹਾਨੇ ਦੁਕਾਨ ਦੇ ਵਿੱਚ ਆਇਆ ਤੇ ਉਸਨੇ ਸ਼ਟਰ ਬੰਦ ਕਰ ਦਿੱਤਾ ਤੇ ਲੜਕੀ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਲੜਕੀ ਨੇ ਛੱਤ ਤੋਂ ਹੇਠਾਂ ਛਾਲ ਮਾਰ ਦਿੱਤੀ ਤੇ ਸਾਹਮਣੇ ਵਾਲੀ ਦੁਕਾਨ ਦੇ ਵਿੱਚ ਜਾ ਮਦਦ ਦੀ ਗੁਹਾਰ ਲਗਾਈ ਤੇ ਬੇਹੋਸ਼ ਹੋ ਗਈ। ਇਸ ਮਗਰੋਂ ਸਥਾਨਕ ਲੋਕਾਂ ਵੱਲੋਂ ਲੜਕੀ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਲੋਕਾਂ ਨੇ ਦੱਸਿਆ ਕਿ ਲੜਕੀ ਕਾਫੀ ਡਰੀ ਹੋਈ ਸੀ ਤੇ ਉਸਦੀ ਹਾਲਤ ਕਾਫੀ ਖਰਾਬ। ਭਾਈ 33 ਫੁੱਟ ਰੋਡ ਦਾ ਮਾਮਲਾ ਹੈ, ਇਹ ਜਿਹੜਾ ਵੋਡਾਫੋਨ ਦਾ ਸਟੋਰ ਹੈਗਾ, ਉੱਥੇ ਕੁੜੀ ਮਤਲਬ ਜੋਬ ਕਰਦੀ ਆ, ਉੱਥੇ ਮੁੰਡਾ ਆਇਆ ਇੱਕ, ਉਹਦੇ ਨਾਲ ਜ਼ਬਰਦਸਤੀ ਕਰ ਰਿਹਾ ਸੀਗਾ। 1.5 ਘੰਟਾ ਮੁੰਡਾ ਅੰਦਰ ਰਿਹਾ ਵਾ, ਕੁੜੀ ਕਹਿੰਦੀ ਮੈਂ ਰੌਲਾ ਪਾਇਆ ਪਰ ਬਾਹਰ ਆਵਾਜ਼ ਕੋਈ ਨਹੀਂ ਆਈ। ਜਦੋਂ ਕੁੜੀ ਨੇ ਛਲਾਂਗ ਮਾਰੀ ਹੈ ਅਸੀਂ ਉੱਥੇ ਪਹੁੰਚੇ ਹਾਂ, ਮੁੰਡਾ ਜਦੋਂ ਭੱਜ ਰਿਹਾ ਸੀਗਾ ਤਾਂ ਜਾ ਕੇ ਦੇਖਿਆ ਕੁੜੀ ਨੂੰ ਅਸੀਂ ਲੈ ਕੇ ਹੋਸਪਿਟਲ ਆਏ। ਪਹਿਲਾਂ ਸਰਵ ਹੋਸਪਿਟਲ ਲੈ ਗਏ, ਉੱਥੋਂ ਉਹਨਾਂ ਨੇ ਜਵਾਬ ਦਿੱਤਾ, ਉਹ ਕਹਿੰਦੇ ਸਿਵਲ ਲੈ ਕੇ ਜਾਓ। ਆਪਾਂ ਸਿਵਲ ਲੈ ਕੇ ਆਏ ਹਾਂ, ਇੱਥੋਂ ਮਤਲਬ ਕਿ ਇੰਨਾ ਕੁ ਮਸ਼ੀਨਾਂ ਨਹੀਂ ਸੀ, ਸੀਟੀ ਸਕੈਨ ਵਾਸਤੇ ਅੱਗੇ ਲੈ ਕੇ ਗਏ ਨੇ, ਕੋਈ ਹੋਰ ਹੋਸਪਿਟਲ ਲੈ ਕੇ ਗਏ। ਹੋਇਆ ਕੀ ਸੀ, ਮੁੰਡਾ ਕਿੱਦਾਂ ਵੜਿਆ ਅੰਦਰ? ਉਹ ਸਿਮ ਚੇਂਜ ਕਰਾਉਣ ਆਇਆ ਸੀਗਾ, ਨੰਬਰ ਪੋਰਟਿੰਗ ਕੋਡ ਕਰਾਉਣ ਆਇਆ ਸੀ ਆਪਣਾ। ਉਹਨੇ ਕੀ ਕੀਤਾ? ਕੁੜੀ ਇਕੱਲੀ ਸੀਗੀ? ਇਕੱਲੀ ਸੀਗੀ। ਤੇ ਕੁੜੀ ਨਾਲ ਕੀ ਕੀਤਾ ਉਹਨੇ ਫਿਰ? ਜੋ ਜਬਰਦਸਤੀ ਕੀਤੀ ਉਹਨੇ, ਕੁੜੀ ਦੇ ਮਤਲਬ ਕਿ ਮਾਰਿਆ ਕੁੱਟਿਆ, ਉਹਨੇ ਕੱਪੜੇ ਕੁੱਪੜੇ ਫਾੜੇ, ਦੰਦੇ ਹੁੰਦੀਆਂ ਵੱਡੀਆਂ ਉਹਨੇ। ਮੁੰਡੇ ਨੇ? ਹਾਂਜੀ ਮੁੰਡੇ ਨੇ। ਫਿਰ ਕੁੜੀ ਨੇ ਉਸ ਤੋਂ ਬਾਅਦ ਕੀ ਕੀਤਾ? ਕੁੜੀ ਨੇ ਉਸ ਤੋਂ ਬਾਅਦ ਉੱਪਰ ਜਾ ਕੇ ਛਲਾਂਗ ਮਾਰੀ, ਉਸ ਟਾਈਮ ਮੁੰਡਾ ਉਸ ਤੋਂ ਬਾਅਦ ਥੱਲੇ ਭੱਜਿਆ ਸ਼ਟਰ ਚੱਕ ਕੇ, ਕੁੜੀ ਨੇ ਜੋ ਛਲਾਂਗ ਮਾਰਨ ਤੋਂ ਬਾਅਦ। ਅੱਛਾ, ਪਹਿਲੇ ਜਾਂਦਾ ਸੀ ਮੁੰਡਾ? ਅੰਦਰ ਗੇਟ ਬੰਦ ਕਰ ਲਿਆ ਸੀ ਉਹਨੇ ਪਹਿਲਾਂ? ਸ਼ਟਰ ਬੰਦ ਕਰ ਲਿਆ ਸੀਗਾ ਮੁੰਡੇ ਨੇ, 1 ਘੰਟਾ ਘੱਟੋ ਘੱਟ ਅੰਦਰ ਰਹੇ ਨੇ। ਟੋਰ ਰੂਮ ਤੋਂ ਟੈਲੀਫੋਨ ਮਸੂਲ ਹੋਇਆ ਸੀਗਾ, ਫਿਰ ਇੱਦਾਂ ਕਰਕੇ ਇੱਕ ਲੜਕੀ ਆ ਵੀ ਕੋਈ ਮੁੰਡੇ ਨੇ ਕਿਸੇ ਨੇ ਉਹ ਬੋਡਾ ਦੀ ਦੁਕਾਨ 'ਚ ਲੱਗੀ ਆ, ਅਤੇ ਕੋਈ ਮੁੰਡਾ ਗਿਆ ਉੱਥੇ, ਉਹਨੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਆ ਅਤੇ ਲੜਕੀ ਕੋਠੇ ਤੋਂ ਡਿੱਗੀ ਆ, ਜਾਂ ਉੱਥੇ ਜਾ ਕੇ ਮੌਕੇ 'ਤੇ ਦੇਖਿਓ। ਅਸੀਂ ਮੌਕੇ 'ਤੇ ਗਏ, ਲੜਕੀ ਨੂੰ ਤਾਂ ਹੋਸਪਿਟਲ ਲਏ ਸੀਗੇ, ਅਤੇ ਲੜਕੇ ਦਾ ਨਾਮ ਲੱਗਿਆ ਉੱਥੋਂ ਮੌਕੇ ਤੋਂ ਪਤਾ, ਪ੍ਰਸ਼ਾਂਤ ਕੁਮਾਰ, ਕੋਈ ਗੋਲ ਗੱਫਿਆਂ ਦੇ ਕੰਮ ਕਰਦੇ ਉਹਦਾ ਪਰਿਵਾਰਕ, ਅਤੇ ਉਹਦੇ ਬਾਰੇ ਪਤਾ ਲੱਗਿਆ ਸੀ। ਅੱਛਾ, ਇੱਕ ਗ੍ਰਿਫਤਾਰ ਹਿਰਾਸਤ 'ਚ ਲੈ ਲਿਆ ਕਿ ਹਜੇ ਨਹੀਂ? ਅਸੀਂ ਉਹ CCTV ਕੈਮਰੇ ਦੀ ਉੱਥੋਂ ਮੌਕੇ ਤੋਂ ਫੁਟੇਜ ਵੀ ਲੈ ਲਈ ਆ, ਉਹਦਾ ਫੋਨ ਵੀ ਮਿਲ ਗਿਆ ਸਾਨੂੰ, ਅਤੇ ਪੁਲਿਸ ਪਾਰਟੀਆਂ ਭੇਜੀਆਂ ਹੋਈਆਂ ਗ੍ਰਿਫਤਾਰ ਕਰਨ ਵਾਸਤੇ। ਅੱਛਾ, ਕਹਿੰਦੇ ਜਦੋਂ ਉਹ ਜ਼ਬਰਦਸਤੀ ਕਰਨ ਵੜਿਆ ਸੀ ਅੰਦਰ ਤਾਂ ਉਹਦਾ ਆਧਾਰ ਕਾਰਡ ਕੁਛ ਡਿੱਗ ਗਿਆ ਕਾਗਜ਼, ਉੱਥੋਂ ਸ਼ਨਾਖਤ ਹੋਈ ਹੈ? ਮੌਕੇ ਤੋਂ ਕੋਈ ਨਹੀਂ ਪਤਾ ਲੱਗਿਆ, ਉਸੇ CCTV ਕੈਮਰੇ ਦੇ ਫੁਟੇਜ ਤੋਂ ਲੋਕਾਂ ਨੂੰ ਦਿਖਾਈ ਸੀਗੀ ਜੀ, ਉਹਨਾਂ ਤੋਂ ਪਤਾ ਲੱਗਿਆ ਵੀ ਇਹ ਮੁੰਡਾ ਕੌਣ ਆ ਜੀ, ਉਹਦਾ ਪਤਾ ਲੱਗ ਗਿਆ। ਤੁਸੀਂ ਪੁਲਿਸ ਪਾਰਟੀਆਂ ਜਿਹੜੀਆਂ ਨੇ ਉਹ ਉਹਦੀ ਤਲਾਸ਼ ਕਰ ਰਹੀਆਂ ਨੇ? ਉਹ ਤਲਾਸ਼ 'ਤੇ ਗਈਆਂ ਹੋਈਆਂ ਜੀ, ਉਹਦੇ ਫੋਨ ਨੰਬਰ ਹੀ ਮਿਲ ਗਿਆ, ਫੋਨ ਸਵਿੱਚ ਆਫ ਆ ਰਿਹਾ ਵਾ, ਅਸੀਂ ਲੋਕੇਸ਼ਨ ਵੀ ਲੈ ਲਈ ਆ, ਲਾਸਟ ਪੁਲਿਸ ਪਾਰਟੀਆਂ ਲੱਗੀਆਂ ਹੋਈਆਂ। ਅੱਛਾ, ਕਿਹੜੀ ਧਾਰਾ ਇਹਦੇ ਵਿੱਚ, ਕਿਹੋ ਕਿਹੜਾ ਮਾਮਲਾ? ਅਸੀਂ ਲੜਕੀ ਜੋ ਵੀ ਸਟੇਟਮੈਂਟ ਦੇਵੇਗੀ ਉਹੀ ਕਾਰਵਾਈ ਕਰਾਂਗੇ।